ਜ਼ਿਲ੍ਹਾ ਫਾਜ਼ਿਲਕਾ ਵਿੱਚ ਪੈਂਦੇ ਪਿੰਡ ਢਾਣੀ ਮੁਨਸ਼ੀ ਰਾਮ ਦੇ ਨਿਵਾਸੀਆਂ ਨੇ ਸਰਪੰਚ ਤੇ ਪਿੰਡ ਦੇ ਵਿਕਾਸ ਲਈ ਆਈ ਗ੍ਰਾਂਟ ਨੂੰ ਖੁਰਦਬੁਰਦ ਕਰਨ ਦੇ ਇਲਜ਼ਾਮ ਲਗਾਏ ਨੇ। ਇਸ ਸੰਬੰਧੀ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸਰਪੰਚ ਵੱਲੋਂ ਪਿੰਡ ਦੇ ਵਿਕਾਸ ਲਈ ਆਈ ਲੱਖਾਂ ਰੁਪਿਆਂ ਦੀ ਗ੍ਰਾਂਟ ਨੂੰ ਖੁਰਦਬੁਰਦ ਕਰਕੇ ਘਪਲੇਬਾਜ਼ੀ ਕਰਨ ਦੇ ਦੋਸ਼ ਹੇਠ सरपंच के खिलाफ मुर्दाबाद के नारे लगाए। उन्होंने सरपंच से इल्जाम लगाउंदिया कहा कि पंजाब सरकार वालों पिंड के विकास लिए लखां रुपया की ग्रांट भेजी गई पर सरपंच ने आई ग्रांट का सही इस्तेमाल नहीं किया। इस मामले संबंधी जो पिंड के सरपंच सुखराज सिंह नाल गल की गई तो उन्होंने इस मामले में पार्टीबाजी का नाम देंदिया कहा कि सरकार वालों उन्होंने 4 लाख रुपए की ग्रांट राजीव गांधी सेवा केंद्र लिए जारी की गई थी जिसनों वह खर्च कर चुके ने। उन्होंने स्कूल की सफाई तो लाया गया सी और सड़कों के साइडा से का फूस वो पटवाया गया सी। तकरीबन एक साल एक इंसान की डैथ हो गई सी, उसकी पेंशन चलती रही है जी, वो भी सबूत मेरे को मौजूद है जी। बादल सरकार ने साढ़े पिंड नूं बहुत पैसा दिता जी, 40 लाख रुपए के करीब उन्हें ग्रांट दी, पर मेरे पिंड का विकास नहीं हुआ। मैं बेनती करांगा सरकार दे अगे भी कि मेरे पिंड का पूरा जो भी है इसकी इनकुआरी कराई जाए, जो इसते काम हुए ने सब टोटल इसका काम जनता के सामने होना चाहिए भी पिंड ने की विकास करा है, सरकार ने किन्ना कुछ दिता है जी। की नाम तुहाडा जी? मेरा नाम ओम प्रकाश जी। मजबूरी करने आ ते मकान सन कोठा डिगा पिया दिता जावे, मियां ना डेग पिया, मी नहीं रे पैंदे सी ते आपे डेग पिया, दिन रात ਨਹੀਂ ਪੈਂਦੇ ਸੀ। ਸਰਪੰਚ ਨੂੰ ਕਿਹਾ ਸੀ, ਸਰਪੰਚ ਨੇ ਵੀ ਉਹਨੇ ਗੋਤੀ ਪੈਸੇ ਮਿਲੇ ਨੇ ਨਾ ਜੀ, ਸਾਨੂੰ ਕੋਈ ਸੜਕ ਬਣ ਰਹੀ ਹੈ ਨਾ ਪਲੱਚ, ਸਾਡੇ ਇਸ ਬਾਰੇ ਕਿਸੇ ਦੀ ਪਲੱਚ ਨਹੀਂ ਦੀ, ਬੰਦੇ ਸਾਰੇ ਮਿਹਨਤੀ ਤੇ ਨਾ ਕੋਈ ਕਮਰਾ ਆਇਆ ਸਾਡੇ, ਕਿਸੇ ਗਰੀਬ ਬੰਦੇ ਦਾ ਕਮਰਾ ਨਹੀਂ ਆਇਆ, ਕਿਸੇ ਸਹੂਲਤ ਕੁਛ ਵੀ ਨਹੀਂ ਆ ਚੁੱਕੀ ਸਾਡੇ, ਗਰੀਬ ਬਾਰੇ ਕੋਈ ਨਹੀਂ ਸੋਚ ਰਹੇ ਨੇ ਵੀ ਕੁਛ ਗਰੀਬਾਂ ਬਾਰੇ ਕੀਤਾ ਜਾਵੇ। ਸੜਕ ਬਣ ਜੇ या गरीबां बारे जड़े जमा डिगे पने कमरे जा रोजगार वाला काम ये सानू मिलना चाहिए। पहला 4 लाख ग्रांट आई सी जी, फिर बादल साहब ने इन्हां नू 10 लाख ग्रांट होर दित्ती जी, जिहड़ी कि गलियां नालियां भी बनाणियां सी, इहदा भी सुधार कराणा सी, ਉਹ ਵੀ ਇਹਨਾਂ ਨੇ ਪਤਾ ਨਹੀਂ ਕਿਹੜੇ ਪਾਸੇ ਹੜੱਪ ਕਰ ਲਿਆ। 4-4 ਲੱਖ ਰੁਪਇਆ ਉਹ ਪੰਚਾਇਤੀ ਜ਼ਮੀਨ ਦੇ ਵੀ ਪੈਸੇ ਜਿਹੜੇ ਨੇ ਇਹਨਾਂ ਨੇ ਪਤਾ ਨਹੀਂ ਕਿਹੜੀ ਥਾਂ 'ਤੇ ਲਾਏ ਨੇ, ਕੋਈ ਉਹਦਾ ਕੋਈ ਸਬੂਤ ਨਹੀਂ, ਕੋਈ ਕੁਛ ਨਹੀਂ ਕਿ ਉਹਨਾਂ ਨੇ ਜਿਹੜੀਆਂ ਇੱਕ ਤਾਂ ਸੜਕਾਂ ਜਿਹੜੀਆਂ ਬਣਾਉਣੀਆਂ ਸੀ ਉਹ ਬਣਾਉਣੀਆਂ ਸੀ ਪਿੰਡ ਦੀਆਂ, ਇਹਨਾਂ ਨੇ ਖੇਤਾਂ ਨੂੰ ਲੋਕਾਂ ਦੇ ਬਣਾ ਦਿੱਤੀਆਂ ਜੀ, ਜਿਹੜੇ ਕਿ ਇਹਨਾਂ ਦੇ ਸੱਜਣ ਬੰਦੇ ਆਪਦੇ ਸੀਗੇ ਖੁਦ। ਪਿੰਡ ਦੇ ਵਿੱਚ ਪਾਰਟੀਬਾਜ਼ੀ ਹੁੰਦੀ ਹੈ, ਉਹ ਜਦੋਂ ਵਿਰੋਧੀ ਵੇਖ ਕੇ ਬਗਲਾ ਗਏ ਵੀ ਇੰਨਾ ਜ਼ਿਆਦਾ ਵਿਕਾਸ ਹੋ ਰਿਹਾ ਪਿੰਡ ਦੇ ਵਿੱਚ, ਜਿਹੜਾ ਵੀ ਆ ਉਹ ਕਮਿਊਨਿਟੀ ਹਾਲ ਨਹੀਂ ਜੀ, ਉਹ ਰਾਜੀਵ ਗਾਂਧੀ ਸੇਵਾ ਕੇਂਦਰ ਆ, ਉਹਦੇ ਵਾਸਤੇ ਸਾਨੂੰ 4 ਲੱਖ ਰੁਪਏ ਦੀ ਗ੍ਰਾਂਟ ਆਈ ਸੀ। 4 ਲੱਖ ਦੇ ਵਿੱਚ ਅਸੀਂ ਉਹਦੀ ਛੱਤ ਪਾ ਕੇ ਜਿੰਨਾ ਹੋ ਸਕਦਾ ਸੀ ਉਹਨੂੰ ਕੰਪਲੀਟ ਕਰ ਦਿੱਤਾ, ਜਿਹਦੇ ਵਾਸਤੇ 4 ਲੱਖ ਰੁਪਈਆ ਹੋਰ ਚਾਹੀਦਾ ਸੀ, ਪਲਸਤਰ ਕਰਨ ਵਾਸਤੇ, ਦਰਵਾਜ਼ੇ ਲਾਉਣ ਵਾਸਤੇ, ਫਰਸ਼ ਵਾਸਤੇ, ਉਹ ਸਾਨੂੰ ਅਜੇ ਪੈਸਾ ਨਹੀਂ ਮਿਲਿਆ ਗਾ, ਜਦੋਂ ਮਿਲੂਗਾ ਤਾਂ ਉਹ ਅਸੀਂ ਕੰਪਲੀਟ ਕਰ ਦਿੱਤਾ ਜਾਊਗਾ, ਮਤਾ ਪਾ ਕੇ ਅਸੀਂ ਦੇ ਦਿੱਤਾ, ਅਤੇ ਉਹ ਜਦੋਂ ਵੀ ਪੈਸੇ ਆਉਣਗੇ ਡੀ ਸੀ ਸਾਹਿਬ ਵੱਲੋਂ ਤਾਂ ਅਸੀਂ ਜਿਹੜੀ ਉਹ ਕੰਪਲੇਂਟ ਆ ਕਮਿਊਨਿਟੀ ਹਾਲ ਨਹੀਂ, ਉਹ ਰਾਜੀਵ ਗਾਂਧੀ ਸੇਵਾ ਕੇਂਦਰ ਨਰੇਗਾ ਦੇ, ਉਹਦੇ 'ਚ ਪਹਿਲਾਂ ਪੇਮੈਂਟਾਂ ਆਉਂਦੀਆਂ ਸੀ 4 ਲੱਖ ਰੁਪਏ ਦੀ, ਪਹਿਲਾਂ ਕਿਸ਼ਤ ਦੇ ਦਿੰਦੇ ਸੀ 50%, ਅਤੇ ਬਾਕੀ ਉਹਦੀ ਪੇਮੈਂਟ ਵੀ ਇੱਕ ਬੰਦੇ ਵੀ ਪੰਚਾਇਤ ਕੰਮ ਕਰਵਾਏ, ਉਸ ਤੋਂ ਬਾਅਦ ਜਦੋਂ ਸਰਕਾਰ ਚੇਂਜ ਹੋਈ ਆ ਬਦਲਤਾ ਇਹ ਵੀ ਕੰਮ ਕਰਵਾਓ, ਅਤੇ ਕੰਮ ਕਰਵਾਉਣ ਤੋਂ ਬਾਅਦ ਵੀ ਇਹ ਜਿਹੜੇ ਬਿੱਲਾਂ ਔਨਲਾਈਨ ਕਰਵਾਓ ਫਿਰ ਪੇਮੈਂਟ ਹੋਈ, ਉਹ ਜਿਹੜੀ 4 ਲੱਖ ਪੇਮੈਂਟ ਸੀ ਉਹ ਦੱਸਣ ਮੁਤਾਬਕ ਸਰਪੰਚ ਦੇ ਵੀ ਕਹਿੰਦਾ ਮੈਂ ਲਾ ਦਿੱਤੀ ਹੈ ਜਾਂ ਬਾਕੀ ਪੇਮੈਂਟ, ਕਹਿੰਦਾ ਕਿ ਮੈਨੂੰ ਨਹੀਂ ਆਈ, ਅਤੇ ਕੰਮ ਜੇ ਤੱਕ ਕੰਮ ਕਰਵਾਵੇ ਇਹ ਫਿਰ ਬਿੱਲ ਔਨਲਾਈਨ ਹੋਣਗੇ, ਨਰੇਗਾ ਦਾ ਤਾਂ ਸਿਸਟਮ ਇਹ ਹੈ ਆਦੀ ਹੈ, ਅਤੇ ਕਮਿਊਨਿਟੀ ਹਾਲ ਨਹੀਂ, ਉਹ ਨਰੇਗਾ 'ਚੋਂ ਪੇਮੈਂਟ ਦੇ ਬਣਿਆ ਹੈ ਜੀਵ ਗਾਂਧੀ ਸੇਵਾ ਕੇਂਦਰ। ਫਾਜ਼ਿਲਕਾ ਤੋਂ ਅਜਾ ਟੀਵੀ ਨਿਊਜ਼ ਦੇ ਲਈ ਕੈਮਰਾਮੈਨ ਸੁਰਿੰਦਰ ਦੇ ਨਾਲ ਰਣਜੀਤ ਸਿੰਘ ਦੀ ਰਿਪੋਰਟ।